ਲੋਕਤੰਤਰ ਦਾ ਮਹਾਉਤਸਵ ਆਉਣ ਵਾਲਾ ਹੈ ਤੇ ਹਰ ਸਿਆਸੀ ਪਾਰਟੀ ਆਪਣੀਆਂ ਤਿਆਰੀਆਂ ਵਿੱਚ ਜੁਟ ਗਈ ਹੈ। ਜਿੱਥੇ ਕਾਂਗਰਸ ਹੁਣ ਤੱਕ ਉਮੀਦਵਾਰਾਂ ਦੀ 6 ਸੂਚੀਆਂ ਕੱਢ ਚੁੱਕੀ ਹੈ, ਉੱਥੇ ਇੰਤਜ਼ਾਰ ਸੀ ਭਾਰਤੀ ਜਨਤਾ ਪਾਰਟੀ ਦੀ ਲਿਸਟ ਦਾ, ਜੋ ਵੀਰਵਾਰ ਸ਼ਾਮ ਨੂੰ ਆ ਗਈ। ਇਸ ਲਿਸਟ ਨੇ ਜਿੱਥੇ ਵਿਰੋਧੀਆਂ ਨੂੰ ਹਿਲਾ ਕੇ ਰੱਖ ਦਿੱਤਾ, ਉੱਥੇ ਬੀਜੇਪੀ ਦੀ ਪਹਿਲੀ ਸੂਚੀ ਨਾਲ ਪਾਰਟੀ ਦੇ ਅੰਦਰ ਸੱਤਾ ਦੇ ਲਾਲਚੀਆਂ ਨੂੰ ਵੀ ਉਜਾਗਰ ਕਰ ਦਿੱਤਾ। ਵੇਖੋ ਇੱਕ ਖਾਸ ਰਿਪੋਰਟ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਵੀਰਵਾਰ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ 184 ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਕੁੱਲ ਮਿਲਾ ਕੇ ਹਮ 182 ਕੈਂਡੀਡੇਟਸ ਅੱਜ ਅਭੀ ਡਿਕਲੇਅਰ ਕਰਨੇ ਵਾਲੇ ਹੈ। ਸਭ ਸੇ ਪਹਿਲੇ ਤੋ ਭਾਰਤ ਕੇ ਪ੍ਰਧਾਨ ਮੰਤਰੀ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ आप वाराणसी से चुनाव लड़ेंगे और हमारे भारतीय जनता पार्टी के राष्ट्रीय अध्यक्ष श्री अमित भाई शाह आप गांधीनगर से चुनाव लड़ेंगे। इसी के साथ साथ लखनऊ से आदरणीय राजनाथ सिंह जी जो हमारे पूर्व अध्यक्ष हैं वो चुनाव लड़ेंगे और नागपुर से पूर्व अध्यक्ष श्री नितिन भाई गडकरी जी नितिन जयराम गडकरी जी वह चुनाव लड़ेंगे। उत्तर प्रदेश गौतम गाजियाबाद श्री वी के सिंह गौतम बुद्ध नगर डॉक्टर महेश शर्मा अलीगढ़ श्री सतीश कुमार गौतम मथुरा श्रीमती हेमा मालिनी आगरा श्री एसपी सिंह वगेल। ਨਾਵਾਂ ਦੇ ਐਲਾਨ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਭਾਜਪਾ ਕਈ ਵੱਡੇ ਨਾਵਾਂ ਨੂੰ ਉਮੀਦਵਾਰ ਨਹੀਂ ਬਣਾਏਗੀ। ਜਿਵੇਂ ਹੀ ਜੇਪੀ ਨੱਡਾ ਨੇ ਨਾਮ ਪੜ੍ਹਨੇ ਸ਼ੁਰੂ ਕੀਤੇ ਤਾਂ ਸਭ ਨੂੰ ਹੈਰਾਨ ਕਰਨ ਵਾਲਾ ਨਾਮ ਸੀ ਅਮਿਤ ਸ਼ਾਹ ਦਾ। ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣਾਂ ਲੜਨਗੇ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਫਿਲਹਾਲ ਗਾਂਧੀਨਗਰ ਤੋਂ ਸੰਸਦ ਮੈਂਬਰ ਸਨ। ਇਸ ਸੂਚੀ ਵਿੱਚ ਅਡਵਾਨੀ ਦਾ ਨਾਮ ਨਹੀਂ ਹੈ। ਨੱਡਾ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ, ਪਰ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਡਵਾਨੀ ਦੀ ਟਿਕਟ ਘੱਟ ਗਈ ਹੈ। ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਦਾ ਨਾਂ ਵੀ ਸ਼ਾਮਲ ਨਹੀਂ ਹੈ। ਇਸਦਾ ਮਤਲਬ ਹੈ ਕਿ ਉਹਨਾਂ ਦੀ ਵੀ ਟਿਕਟ ਕੱਟ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਸੀਟ ਇੱਕ ਵਾਰ ਫਿਰ ਵਾਰਾਣਸੀ ਹੀ ਹੋਵੇਗੀ। ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ, ਅਮੇਠੀ ਤੋਂ ਸਮ੍ਰਿਤੀ ਇਰਾਨੀ, ਗਾਜ਼ੀਆਬਾਦ ਤੋਂ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਚੋਣਾਂ ਲੜਨਗੇ। ਅਮੇਠੀ ਵਿੱਚ ਸਮ੍ਰਿਤੀ ਇਰਾਨੀ ਦੇ ਸਾਹਮਣੇ ਹੋਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ। ਹੇਮਾ ਮਾਲਨੀ ਮਥੁਰਾ ਤੋਂ ਚੋਣਾਂ ਲੜਨਗੇ। ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੋਇਡਾ ਤੋਂ ਚੋਣ ਲੜਨਗੇ ਅਤੇ ਨਿਤਿਨ ਗਡਕਰੀ ਨਾਗਪੁਰ ਤੋਂ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਸੀਟਾਂ ਦੀ ਵੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਅਤੇ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਗਿਆ। ਅਜਿਹੇ ਬਿਹਾਰ ਦੇ ਨਾਵਾਂ ਦਾ ਐਲਾਨ ਨਹੀਂ ਹੋਇਆ। ਬਿਹਾਰ ਵਿੱਚ ਭਾਜਪਾ 17 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਜੇਪੀ ਨੱਡਾ ਨੇ ਦੱਸਿਆ ਕਿ ਕੇਂਦਰੀ ਚੋਣ ਸਮਿਤੀ ਨੇ ਬਿਹਾਰ ਦੇ ਸਾਰੇ 17 ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਪਰ ਬਿਹਾਰ NDA ਇਹਨਾਂ ਨਾਵਾਂ ਦਾ ਐਲਾਨ ਕਰੇਗੀ। ਬਿਊਰੋ ਰਿਪੋਰਟ, ਸਾਂਝਾ ਟੀਵੀ।